ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ ਨੂੰ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਹੇਠ ਪਾਰਟੀ ਵਿੱਚੋਂ ਕੱਢ ਦਿੱਤਾ। ਇਸ ਸੰਬੰਧੀ ਬਕਾਇਦਾ ਤੌਰ ਤੇ ਉਹਨਾਂ ਦੇ ਦਸਤਖਾਂ ਹੇਠ ਇੱਕ ਲੈਟਰ ਵੀ ਜਾਰੀ ਕੀਤਾ ਗਿਆ। ਕਾਂਗਰਸ ਦੇ ਬਰਨਾਲਾ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਲੱਕੀ ਪੱਖੋਂ ਨੇ ਕਿਹਾ ਕਿ ਸੋਮਵਾਰ ਨੂੰ ਪ੍ਰੈਸ ਕਾਨਫਰੰਸ ਕਰਕੇ ਪਿਰਮਲ ਧੌਲਾ ਨੂੰ ਪਾਰਟੀ ਵਿੱਚੋਂ ਕੱਢਣ ਬਾਰੇ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਨੂੰ ਜਾਣੂ ਕਰਵਾਉਣਗੇ। ਸੋਸ਼ਲ ਮੀਡੀਆ ਤੇ ਪਤਾ ਚੱਲਿਆ ਹੈਗਾ ਔਰ ਜਿਹੜਾ ਜ਼ਿਲ੍ਹਾ ਪ੍ਰਧਾਨ ਹੈਗਾ ਬਰਨਾਲੇ ਦਾ ਜਿਹਦੇ ਕੋਲੇ ਬਟ ਉਹਦੇ ਕੋਲੇ ਅਖਤਿਆਰ ਕੋਈ ਨਹੀਂ ਹੈਗਾ ਕਿ ਵੀ ਇੱਕ ਐਮਐਲਏ ਨੂੰ ਇਸ ਤਰ੍ਹਾਂ ਅਨਾਊਂਸਮੈਂਟ ਕਰੇ, ਕਿਉਂਕਿ ਅਨਾਊਂਸਮੈਂਟ ਜਿਹੜਾ ਹੈਗਾ ਮਤਲਬ ਸਟੇਟ ਪ੍ਰੈਜ਼ੀਡੈਂਟ ਕਰ ਸਕਦਾ ਹੈਗਾ ਹਨਾ ਜਾਂ ਸੈਕਟਰੀ ਕਰ ਸਕਦਾ ਹੈਗਾ ਤੇ ਪਰ ਲੈਟਰ ਜਿਹੜਾ ਹੈਗਾ ਉਹਨਾਂ ਵੱਲੋਂ ਜਾਰੀ ਕੀਤਾ ਗਿਆ। ਲੈਟਰ ਵੀ ਤੇ ਡੇਟ ਵੀ ਜਿਹੜੀ ਹੈਗੀ ਉਹ 6ਵੇਂ ਮਹੀਨੇ ਦੀ ਹੈਗੀ ਆ, ਠੀਕ ਹੈ ਨਾ। ਉਹ ਮੈਨੂੰ ਵੀ ਸੋਸ਼ਲ ਮੀਡੀਆ ਤੇ ਮੀਡੀਆ ਰਾਹੀਂ ਪਤਾ ਚੱਲਿਆ ਹੈਗਾ ਕਿ ਵੀ ਇਸ ਤਰ੍ਹਾਂ ਦੀ ਕੋਈ ਕਾਰਵਾਈ ਕੀਤੀ ਹੈਗੀ ਆ। ਰਾਜਾ ਵੜਿੰਗ ਜੀ ਦੇ ਹੈਗੇ ਜੋ ਪ੍ਰਧਾਨ ਨੇ, ਬਟ ਜਿਹੜਾ ਇਹਨੂੰ ਰਿਲੀਜ਼ ਕੀਤਾ ਹੈਗਾ ਉਹ ਕੀਤਾ ਹੈਗਾ ਜ਼ਿਲ੍ਹਾ ਪ੍ਰਧਾਨ ਨੇ। ਅੱਛਾ ਜੀ, ਦੇਖੋ ਇਹ ਹੈਗਾ ਕਿ ਵੀ ਇੱਕ ਪਾਸੇ ਤਾਂ ਰਾਹੁਲ ਗਾਂਧੀ ਜੀ ਜਿਹੜੇ ਹੈਗੇ ਆ ਨਾ ਕਾਂਗਰਸ ਦੇ ਲੀਡਰ ਲੀਡਰਸ਼ਿਪ ਹੈਗੇ ਆ, ਉਹ ਤਾਂ ਭਾਰਤ ਜੋੜੋ ਦੀ ਮੁਹਿੰਮ ਚਲਾ ਰਹੇ ਹੈਗੇ, ਪੈਦਲ ਚੱਲ ਰਹੇ ਹੈਗੇ, 3500 ਕਿਲੋਮੀਟਰ ਦਾ ਉਹ ਕਰ ਰਹੇ ਹੈਗੇ, ਠੀਕ ਹੈ ਨਾ। ਤੇ ਦੂਜੇ ਪਾਸੇ ਜਿਹੜੇ ਸਟੇਟ ਪ੍ਰੈਜ਼ੀਡੈਂਟ ਹੈਗੇ ਉਹ ਬਿਨਾਂ ਕਿਸੇ ਕਾਰਨ ਉਹ ਕਰੇ ਨੋਟਸ ਜਾਰੀ ਕੀਤੇ, ਬਿਨਾਂ ਕੋਈ ਪੁੱਛ ਪੜਤਾਲ, ਬਿਨਾਂ ਮੇਰੀ ਕੋਈ ਅਪੀਲ ਦਲੀਲੇ ਮਤਲਬ ਇਸ ਤਰ੍ਹਾਂ ਦਾ ਕਾਰਵਾਈ ਪਾ ਰਹੇ ਹੈਗੇ ਆ, ਠੀਕ ਹੈ ਨਾ। ਸੋ ਮਤਲਬ ਇਹ ਗਲਤ ਹੈਗਾ, ਪਾਰਟੀ ਦੇ ਸੰਵਿਧਾਨ ਦੇ ਉਲਟ ਹੈਗਾ ਇਹ, ਠੀਕ ਹੈ ਨਾ। ਇਹ ਤੁਹਾਡੇ ਤੇ ਪਹਿਲਾਂ ਕੋਈ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਚੱਲ ਰਹੀ ਹੋਵੇ ਜਾਂ ਕੋਈ ਇਲਜ਼ਾਮ ਲਾਏ ਹੋਣ ਕੋਈ ਇਸ ਤਰ੍ਹਾਂ ਦੀ? ਨਹੀਂ, ਇਲਜ਼ਾਮ ਤਾਂ ਉਹੀ ਹੈ ਨਾ, ਜਦ ਤਾਂ ਮੈਨੂੰ ਦੱਸਦੇ ਨਾ ਕੋਈ ਰਿਟਰਨ ਚ ਮੈਨੂੰ ਕੋਈ ਨੋਟਸ ਜਾਰੀ ਕਰਦੇ, ਮੇਰਾ ਕੋਈ ਜਵਾਬ ਤਲਬੀ ਕਰਦੇ, ਮੈਂ ਫਿਰ ਦੱਸਦਾ ਨਾ ਮੀਡੀਆ ਰਾਹੀਂ ਆ ਰਹੀ ਹੈਗੀ ਆ, ਤੇ ਹੁਣ ਉਹਦਾ ਮੈਂ ਦੱਸੋ ਕੀ ਜਵਾਬ ਦੇਵਾਂ। ਉਹਦਾ ਤਾਂ ਇਹੀ ਹੈਗਾ ਕਿ ਇਹ ਤਾਂ ਉਹਨਾਂ ਨੂੰ ਤੁਸੀਂ ਪੁੱਛੋ ਕਿ ਵੀ ਕੀ ਕਾਰਨ ਕੀ ਹੈਗਾ ਨਾ, ਕੋਈ ਨੋਟਸ ਦਿੱਤਾ ਮੈਨੂੰ, ਕੋਈ ਮੇਰਾ ਕੋਈ ਪੱਖ ਸੁਣਿਆ ਹੈਗਾ ਤੁਸੀਂ ਨੇ, ਠੀਕ ਹੈ। ਬਿਨਾਂ ਪੱਖ ਸੁਣੇ ਤੁਸੀਂ ਐਕਸ਼ਨ ਲੈ ਰਹੇ ਹੈਗੇ ਹੋ, ਉਹਨਾਂ ਦੀ ਮੈਨੂੰ ਨੀ ਪਤਾ ਹੁਣ ਉਹਨਾਂ ਦੀ ਕੀ ਮਨ ਚ ਹੈਗਾ ਉਹਨਾਂ ਦੇ, ਠੀਕ ਹੈ ਨਾ। ਇਹ ਐਂਟੀ ਪਾਰਟੀ ਐਕਟੀਵਿਟੀ ਹੈਗੀ ਆ, ਠੀਕ ਹੈ ਨਾ, ਜਦਕਿ ਮਤਲਬ ਕਸੂਰ ਮੇਰਾ ਕੱਢਿਆ ਜਾ ਰਿਹਾ ਹੈਗਾ, ਦੋਸ਼ੀ ਮੈਨੂੰ ਬਣਾਇਆ ਗਿਆ ਹੈਗਾ। ਤੁਹਾਨੂੰ ਮਤਲਬ ਹੁਣ ਇਹ ਕਲੀਅਰ ਕਰਨਾ ਚਾਹੀਦਾ ਨਾ ਕਿ ਰਾਹੁਲ ਗਾਂਧੀ ਜੀ ਠੀਕ ਹੈਗੇ ਜਾਂ ਰਾਜਾ ਜੀ ਠੀਕ ਹੈਗੇ ਨੇ। ਇੱਕ ਪਾਸੇ ਤਾਂ ਰਾਹੁਲ ਗਾਂਧੀ ਜੀ ਜਿਹੜੇ ਹੈਗੇ ਆ ਉਹ ਭਾਰਤ ਜੋੜਨ ਦੇ ਲਈ ਪੈਦਲ ਮਾਰਚ ਕਰ ਰਹੇ ਹੈਗੇ ਆ ਨਾ, ਸਟੇਟ ਟੂ ਸਟੇਟ ਜਾ ਰਹੇ ਹੈਗੇ ਆ, ਤੇ ਦੂਜੇ ਪਾਸੇ ਰਾਜਾ ਵੜਿੰਗ ਜੀ ਜਿਹੜੇ ਹੈਗੇ ਉਹਨਾਂ ਦੇ ਉਲਟ ਜਿਹੜਾ ਹੈਗਾ ਉਹ ਪਾਰਟੀ ਨੂੰ ਤੋੜਨ ਤੇ ਲੱਗੇ ਹੋਏ ਹੈਗੇ ਆ। ਹਾਂਜੀ, ਮੰਨ ਲਓ ਮਤਲਬ ਇਹ ਕਨਫਰਮ ਹੋ ਜਾਂਦਾ ਜੀ ਐਕਸਪੈਲ ਵਾਲਾ, ਫਿਰ ਉਦੋਂ ਬਾਅਦ ਤੁਹਾਡਾ ਕੀ ਹੋਊਗਾ, ਮੈਂ ਪਾਰਟੀ 'ਚ ਹੀ ਰਹੋਗੇ ਜਾਂ ਕਿਸੇ ਹੋਰ ਪਾਰਟੀ ਬਾਰੇ ਸੋਚੋਗੇ? ਇਹਨਾਂ ਨੇ ਇੱਕ ਤਰਫਾ ਐਕਸ਼ਨ ਲਿਆ ਹੈਗਾ, ਠੀਕ ਹੈ ਜੀ। ਹਾਂ, ਜੇ ਅਸੀਂ ਅਪਰੋਚ ਜ਼ਰੂਰ ਕਰਾਂਗੇ, ਹਾਈਕਮਾਂਡ ਨੂੰ ਵੀ ਬੇਨਤੀ ਕਰਾਂਗੇ ਕਿ ਵੀ ਇਸ ਮਸਲੇ 'ਤੇ ਧਿਆਨ ਦੇਵੇ, ਹੈ ਨਾ, ਅਤੇ ਇਹਦਾ ਕਲੀਅਰ ਕਰੇ। ਜੇ ਉਹਨਾਂ ਨੂੰ ਵੀ ਲੱਗਦਾ ਹੈਗਾ ਕਿ ਵੀ ਸਾਡੀ ਨਹੀਂ ਲੋੜ ਹੈਗੀ ਪਾਰਟੀ ਦੇ ਵਿੱਚ ਜਾਂ, ਹੈ ਨਾ, ਫਿਰ ਅਸੀਂ ਫਿਰ ਉਸ ਤਰ੍ਹਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਰਾਏ ਕਰਕੇ ਫਿਰ ਉਸ ਤਰ੍ਹਾਂ ਦਾ ਫੈਸਲਾ ਲਵਾਂਗੇ। ਇਸ ਮਾਮਲੇ ਬਾਰੇ ਤਾਂ ਖਾਲਸ ਟੀਵੀ ਦੇ ਨਾਲ ਗੱਲਬਾਤ ਕਰਦਿਆਂ ਲੱਕੀ ਪੱਖੋਂ ਨੇ ਕਿਹਾ ਕਿ ਇਹ ਪਾਰਟੀ ਵਿੱਚੋਂ ਕੱਢਣ ਦਾ ਪੱਤਰ ਪਹਿਲੀ ਵਾਰ ਨਹੀਂ ਜਾਰੀ ਹੋਇਆ, ਬਲਕਿ ਚੋਣਾਂ ਦੇ ਸਮੇਂ ਵੀ ਜਾਰੀ ਹੋਇਆ ਸੀ। ਨਹੀਂ, ਇਹ ਸਾਡੇ ਚੀਫ ਨੇ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਹਿਬ, ਹਾਂਜੀ, ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਉਹਨਾਂ ਕੰਨੀ ਉਹ ਲੈਟਰ ਕੱਢਿਆ ਗਿਆ। ਹਾਂਜੀ, ਇਹ ਲੈਟਰ ਇਹਨਾਂ ਨੂੰ ਪਹਿਲਾਂ ਵੀ ਦਿੱਤਾ ਗਿਆ ਸੀਗਾ। ਅੱਛਾ, ਇਲੈਕਸ਼ਨ ਦੇ ਟਾਈਮ? ਅੱਛਾ ਜੀ, ਬਟ ਉਸ ਟਾਈਮ ਇਹਨਾਂ ਨੂੰ ਕਿਹਾ ਵੀ ਗਿਆ ਸੀ ਵੀ ਇਲੈਕਸ਼ਨ ਦੇ ਵਿੱਚ ਵੀ ਆਪਦੀ ਡਿਊਟੀ ਕਰੋ ਤੁਸੀਂ ਇਲੈਕਸ਼ਨ ਦੇ ਵਿੱਚ, ਉਹਦੇ ਵਿੱਚ ਇਹਨਾਂ ਨੇ ਕੋਈ ਰੋਲ ਨਹੀਂ ਆਪਦਾ ਨਿਭਾਇਆ। ਅੱਛਾ, ਪਾਰਟੀ ਦੇ ਜੋ ਆਪਦੇ ਕੋਈ ਦਫ਼ਤਰ ਦੇ ਵਿੱਚ ਕੋਈ ਪ੍ਰੋਗਰਾਮ ਹੋਇਆ ਹੋਣਾ ਪਰਸੋਂ, ਹਾਂਜੀ, ਉਹਦੇ ਵਿੱਚ ਕੋਈ ਇਹਨਾਂ ਨੇ ਕਾਂਗਰਸ ਦੇ ਪ੍ਰੋਗਰਾਮ ਦੇ ਵਿੱਚ ਆਪਦੀ ਸ਼ਮੂਲੀਅਤ ਕੀਤੀ ਹੋਣੀ ਹੈ। ਅੱਛਾ, ਉਸ ਨੂੰ ਲੈ ਕੇ ਵੀ ਜਦੋਂ ਪਾਰਟੀ ਨੇ ਪਹਿਲਾਂ ਹੀ ਇਹਨਾਂ ਨੂੰ ਬਰਖਾਸਤ ਕੀਤਾ ਹੋਇਆ, ਤੇ ਫਿਰ ਜਦੋਂ ਇਲੈਕਸ਼ਨ ਦੇ ਦੌਰਾਨ ਇਹਨਾਂ ਨੇ ਕੰਮ ਨਹੀਂ ਕੀਤਾ, ਤੇ ਮੈਨੂੰ ਕੱਲ ਲੈਟਰ ਭੇਜਿਆ ਸੀਗਾ ਪ੍ਰਧਾਨ ਜੀ ਨੇ, ਕਿਹਾ ਸੀ ਵੀ ਇੱਦਾਂ ਕਰਕੇ ਵੀ ਆਪਦਾ ਪ੍ਰੈਸ ਕਾਨਫਰੰਸ ਕਰਕੇ ਕਹਿ ਦੋ, ਅੱਜ ਪ੍ਰੈਸ ਕਾਨਫਰੰਸ ਰੱਖੀ ਹੋਈ ਹੈ। ਅੱਛਾ ਜੀ, ਅੱਛਾ, ਇਹ ਮਤਲਬ ਇਹਦੀ ਕੀ ਵਜ੍ਹਾ ਹੈਗੀ ਹੈ ਜੀ? ਪਾਰਟੀ ਦੇ ਮਤਲਬ ਕਿ ਗਲਤ ਗਤੀਵਿਧੀਆਂ ਕੀਤੀਆਂ ਜਾਂ ਪਾਰਟੀ ਦੇ ਜੋ ਕੈਂਡੀਡੇਟ ਸੀਗੇ ਸਾਡੇ ਸਰਦਾਰ ਦਲਵੀਰ ਸਿੰਘ ਗੋਲਡੀ, ਉਹਨਾਂ ਦੇ ਹੱਕ ਵਿੱਚ ਕੋਈ ਇਹਨਾਂ ਨੇ ਚੋਣ ਪ੍ਰਚਾਰ ਨਹੀਂ ਕੀਤਾ? ਹਾਂਜੀ ਜੀ, ਇਸ ਤਰ੍ਹਾਂ ਦੀ ਵੀ ਗੱਲਾਂ ਆ ਰਹੀਆਂ ਨੇ ਕਿ ਮਤਲਬ
आप नाल कोई इस तरह दे इन्हां दी कोई नहीं गतिविधियां नहीं चल रही? नहीं, मैनू अच्छा इस बारे कोई नॉलेज नहीं हैगी। कोई है सिर्फ साडा कांग्रेस पार्टी नूं रिलेटेड लैके ही जो ओहदे मतलब कि बिच ओहदे नहीं काम कर रहे प्रॉपर सही तरीके नाल, ओहदे मतलब की है सानू कोई इस चीज़ की भी ना मेरे कोले जां मैनू पार्टी कन्नै कोई होर कोई नहीं कहा गया भी इन्हां दी कितें अच्छा कोई इन्हां दी किसी जान दी कितें होर शमूलियत है जां कुछ है, इदां दा कुछ नहीं नहीं, अपने वो जी। कह रहे थे, कहते भी जिवें एक पासे दा राहुल गांधी जी अपने मुहिम चला रहे हैं जोड़न दे लई, दूजे पासे मतलब ये तोड़न दियां गल्लां आ रही ने सामने। नहीं साड़ी जो भारत जोड़ो यात्रा हैगी आ वो साड़ी चल रही है हुण, हाँ जी हाँ जी ये ऑलरेडी इन्हां नूं पहले असीं 3 महीने पहले इन्हां नूं लैटर दे चुके हैं, डिसॉल्व किए हुए ने पार्टी चों हाँ जी, तो जी। गलबात भी चल रही है इन्हां नाल? कहिंदे मेरे नाल कोई गल नहीं हुई किसी किस्म दी, नहीं इसी मैं तरह तां लैटर गल जारी नहीं सी करनी सी, लैटर नहीं जारी पार्टी करना वालों? सी पार्टी साडे पार्टी प्रधान दी गल हुई है इन्हां नाल, उस समय अच्छा हुई है गल भी अच्छा तुसीं अच्छा इत्थे ड्यूटी करो, ये हलका भदौड़ दे विच उत्थों विधायक रहे ने इस लोक सभा हलका कॉन्स्टिट्यूएंसी दा हिस्सा गा भदौड़ अच्छा अच्छा जी, उत्थे इन्हां ने कोई काम नहीं कीता जी। थोड़ी मतलब लगातार गलबात इन्हां नाल चलती रही सी जिहड़ी, नहीं मतलब मेरी नहीं इन्हां नाल गल पार्टी वालों, चलती, पार्टी पार्टी का वालों। नहीं, उन्हां दी उपर गल लेवल उपरले लेवल दी गल कोई चलती होएगी, जो हाँ उन्होंने मैसेज इन्हां दी ड्यूटी भी लगाई सी वो इन्होंने ड्यूटी अपनी नहीं निभाई जी अच्छा, जी। ठीक है। हुण मतलब अगे मतलब कोई राह नहीं है कोई गलबात दा या होर एक्सपेल तो बाद, क्योंकि वो कह रहे हैं कि मैं इनू उपर तक लेके जाऊंगा इस गल नू। वो देखो कोई उन्हों का डेमोक्रेट ही उन्हों का हक आ गल लैके जाना गल करना, हाँ जी हाँ जी बट जो मेरे कोले गल जो साडे पार्टी प्रधान उन्होंने दा जो मैसेज है हाँ जी हाँ वो जी मैं उस तरीके नाल जो मैंने कहा मैं अपना मैसेज किया। थानू दस दईए कि पिरमल सिंह धौला ने 2017 च भदौड़ सीट तो आम आदमी पार्टी दी टिकट ते विधानसभा चोन जीती सी। सुखपाल सिंह खैरा दे नाल ही ओ आम आदमी पार्टी छड के कांग्रेस विच शामिल हो गए सन। 2022 दी विधानसभा चोणां च भदौड़ तो कांग्रेस दी टिकट लई काफी दौड़ लगी सी, पर कांग्रेस हाई कमांड ने तत्कालीन मुख मंत्री चरणजीत सिंह चन्नी नूं मैदान विच उतारिया सी। ब्यूरो रिपोर्ट द खालस टीवी।